ਹਾਂਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ ਜਿਹੜੀ ਵੀਡੀਓ ਬਣਾਉਣੀ ਆ ਉਹ ਬਣਾਉਣੀ ਆ ਆਪਾਂ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਜਿਹੜੀ ਸਾਬਤ ਹੋਈ ਆ, ਜਿਹਨੇ ਕੈਰੀ ਔਨ ਜੱਟਾ 3 ਦਾ ਵੀ ਰਿਕਾਰਡ ਤੋੜਤਾ, 100 ਕਰੋੜ ਦਾ ਅੰਕੜਾ ਪੂਰਾ ਕੀਤਾ ਜੀ। ਮੈਂ ਗੱਲ ਕਰ ਰਿਹਾ ਜੀ ਜੱਟ ਐਂਡ ਜੂਲੀਅਟ 3 ਦਾ। ਮੈਂ ਮੰਨਦਾ ਮੈਂ ਬਹੁਤ ਲੇਟ ਹਾਂ, ਇੱਕ ਮਹੀਨੇ ਦੇ ਆਸ ਪਾਸ ਹੋ ਗਿਆ ਇਸ ਫਿਲਮ ਨੂੰ ਰਿਲੀਜ਼ ਹੋਈ ਨੂੰ। ਅਤੇ ਇਸ ਫਿਲਮ ਦਾ ਮੈਂ ਅੱਜ ਵਲੌਗ ਆ ਜਿਹੜਾ ਉਹ ਬਣਾ ਰਿਹਾ। ਅਤੇ ਆਪਾਂ ਇਸ ਫਿਲਮ ਨੂੰ ਅੱਜ ਇਹ ਬਾਰੇ ਗੱਲਬਾਤ ਕਰਨੀ ਹੈ, ਇਹ ਫਿਲਮ ਦੇਖ ਕੇ ਤੁਹਾਨੂੰ ਇਸ ਫਿਲਮ ਦਾ ਪੂਰਾ ਰਿਵਿਊ ਦੇਵਾਂਗੇ। ਹੁਣ ਆਪਾਂ ਇਹ ਜਿਹੜੀਆਂ ਸਾਹਮਣੇ ਤੁਹਾਨੂੰ ਪੌੜੀਆਂ ਦਿਸ ਰਹੀਆਂ, ਇਸ ਪੌੜੀਆਂ ਰਾਹੀਂ ਆਪਾਂ ਉੱਪਰ ਚੱਲਦੇ ਹਾਂ, ਨਾਲੇ ਤੁਹਾਨੂੰ ਮੌਲ ਘੁਮਾਉਂਦੇ ਹਾਂ ਅਤੇ ਨਾਲੇ ਫਿਲਮ ਦਿਖਾਉਂਦੇ ਹਾਂ ਜੀ, ਫਿਲਮ ਦਾ ਰਿਵਿਊ ਦਿੰਦੇ ਹਾਂ। ਮੰਨਿਆ ਕਿ ਤੁਸੀਂ ਸਾਰਿਆਂ ਨੇ ਉਹ ਫਿਲਮ ਦੇਖ ਹੀ ਲਈ ਹੋਊਗੀ, ਬਹੁਤ ਬੈਸਟ ਰਿਵਿਊ ਮਿਲ ਰਹੇ ਨੇ ਉਸ ਫਿਲਮ ਨੂੰ। ਅਤੇ ਲੱਗਦਾ ਕਿ ਫਿਲਮ ਜਿਹੜੀ ਆ ਆਡੀਅੰਸ ਨੂੰ ਬਹੁਤ ਪਸੰਦ ਆਈ ਹੈ, ਫਿਲਮ ਕਮਾਲ ਦੀ ਆ। ਮੇਰੀ ਫੇਵਰੇਟ ਜਗ੍ਹਾ ਜਿੱਥੇ ਮੈਂ ਸ਼ੋਪਿੰਗ ਜ਼ਿਆਦਾ ਕਰਦਾ ਇਹ ਫੂਡ ਕੋਰਟ ਆ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ, ਡੋਮੀਨੋਜ਼, ਬਰਗਰ ਕਿੰਗ, KFC, ਸਬਵੇ ਵੀ ਹੈਗਾ ਅਤੇ ਪੀਜ਼ਾ ਹੱਟ ਸਾਹਮਣੇ ਦੇਖ ਰਹੇ ਹੋ ਤੁਸੀਂ, ਔਰ ਚਾਈਨੀਜ਼ ਫੂਡ ਜਿੱਥੋਂ ਮਿਲਦਾ ਇਹ ਬਰਗਰ ਆ, ਅਤੇ ਅੱਗੇ ਥੀਏਟਰ ਆ ਜਿੱਥੋਂ ਆਪਾਂ ਟਿਕਟ ਜਿਹੜੀ ਆ ਫਿਲਮ ਦੀ ਲੈਣੀ ਆ। ਅੱਗੇ ਟਿਕਟ 'ਤੇ ਆਪਾਂ ਜਾ ਕੇ ਟਿਕਟ ਕਾਊਂਟਰ 'ਤੇ ਜਾਂਦੇ ਹਾਂ ਅਤੇ ਦੇਖਦੇ ਹਾਂ ਕਿੰਨੇ ਵਜੇ ਦਾ ਸ਼ੋਅ ਮਿਲਦਾ ਆਪਾਂ ਨੂੰ ਟਿਕਟ ਕਾਊਂਟਰ 'ਤੇ ਪਹੁੰਚ ਕੇ। ਹਾਂਜੀ ਦੋਸਤੋ, ਆਪਾਂ ਟਿਕਟ ਕਾਊਂਟਰ 'ਤੇ ਪਹੁੰਚ ਗਏ ਹਾਂ ਅਤੇ ਫਿਲਮ ਦਾ ਸ਼ੋਅ ਆ ਜਿਹੜਾ, ਵੈਸੇ ਤਾਂ 3 ਫਿਲਮਾਂ ਲੱਗੀਆਂ ਹੋਈਆਂ, ਇੱਕ ਬਾਲੀਵੁੱਡ ਮੂਵੀ ਆ ਬੈਡ ਨਿਊਜ਼, ਇੱਕ ਜੱਟ ਐਂਡ ਜੂਲੀਅਟ ਅਤੇ ਕਲਕੀ, 3 ਮੂਵੀਜ਼ ਆ ਜਿਹੜੀਆਂ ਲੱਗੀਆਂ ਹੋਈਆਂ ਨੇ। ਅਤੇ ਇੰਨੀ ਜ਼ਿਆਦਾ ਆਡੀਅੰਸ ਨਹੀਂ ਹੈਗੀ ਅੱਜ, ਕਿਉਂਕਿ ਅੱਜ ਖਾਲੀ ਆ ਥੀਏਟਰ, ਪਰ ਆਪਾਂ ਅੱਜ ਰਿਵਿਊ ਦੇਣਾ ਤੁਹਾਨੂੰ ਇਸ ਫਿਲਮ ਦਾ। ਅਤੇ ਫਿਲਮ ਦੀ ਆ ਜਿਹੜੀ ਡੇਟ ਆ ਉਹ 3/35 ਦੀ ਆ, ਅਤੇ ਉਹਨਾਂ ਚਿਰ ਆਪਾਂ ਮੌਲ ਘੁੰਮਦੇ ਹਾਂ, ਤੁਹਾਨੂੰ ਸੈਰ ਕਰਾਉਂਦੇ ਹਾਂ ਮੌਲ ਦੀ।
ਹਾਂਜੀ ਦੋਸਤੋ, ਫਾਈਨਲੀ ਮੂਵੀ ਦੇਖ ਕੇ ਆਇਆ ਬਾਹਰ, ਅਤੇ ਮੂਵੀ ਦੀ ਵੀ ਗੱਲ ਕਰਾਂ, ਮੂਵੀ ਬਹੁਤ ਵਧੀਆ, ਬਹੁਤ ਪਿਆਰੀ ਮੂਵੀ ਆ। ਦਲਜੀਤ ਦੋਸਾਂਝ ਦੀਆਂ ਹਰ ਇੱਕ ਮੂਵੀ ਜਿਹੜੀ ਆ ਬਹੁਤ ਵਧੀਆ ਹੁੰਦੀ ਆ, ਦਿੱਕਤਾਂ ਵੀ ਹੁੰਦੀਆਂ, ਪਰ ਇਹ ਫਿਲਮ ਨੇ ਵਾਕਈ ਬਹੁਤ ਕਮਾਲ ਦੀ ਮੂਵੀ ਆ, ਅਤੇ ਬਹੁਤ ਵਧੀਆ ਕੰਮ ਕੀਤਾ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ। ਬਹੁਤ ਵਧੀਆ ਐਕਟਿੰਗ ਕੀਤੀ ਹੈ ਸਾਰਿਆਂ ਨੇ, ਅਤੇ ਤੁਸੀਂ ਇਹ ਫਿਲਮ ਜਿਹੜੀ ਆ ਫੈਮਿਲੀ ਫਿਲਮ ਆ, ਸਾਰੇ ਜਾ ਕੇ ਫੈਮਿਲੀ ਦੇ ਨਾਲ ਇਹ ਫਿਲਮ ਜਿਹੜੀ ਆ ਜ਼ਰੂਰ ਇੰਜੋਏ ਕਰਿਓ। ਅਤੇ ਬਾਕੀ ਮੈਨੂੰ ਫਿਲਮ ਬਹੁਤ ਪਿਆਰੀ ਲੱਗੀ ਹੈ, ਅਤੇ ਇੱਕ ਗੱਲ ਹੋਰ ਇਸ ਫਿਲਮ ਦੇ ਵਿੱਚ ਮੈਂ ਖਾਸ ਕਰਕੇ ਦੱਸਣਾ ਚਾਹੁੰਦਾ ਕਿ ਇਹ ਫਿਲਮ ਦੇ ਵਿੱਚ ਮੈਸੇਜ ਬਹੁਤ ਵਧੀਆ ਦਿੱਤਾ। ਪਿੱਛੇ ਜੀ ਜੋ ਸਾਡੀ ਜਿਹੜੀ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਖਬਰਾਂ ਦੇਖਣ ਲਈ ਮਿਲੀਆਂ ਕਿ ਜਦੋਂ ਕੁੜੀਆਂ ਧੋਖਾ ਕਰਕੇ ਚਲੇ ਜਾਂਦੀਆਂ, ਹੈ ਨਾ, ਮੁੰਡੇ ਦੇ ਨਾਲ ਪੈਸੇ ਲਵਾ ਕੇ ਬਾਹਰ ਚਲੇ ਜਾਂਦੀਆਂ, ਤਾਂ ਉਹ ਇੱਕ ਫੀਲਿੰਗ ਜੀ ਦਿਖਾਈ ਆ ਕਿ ਕੁੜੀਆਂ ਮਤਲਬ ਇੱਦਾਂ ਕਰਦੀਆਂ, ਕਿਉਂ ਕਰਦੀਆਂ, ਹੈ ਨਾ, ਉਹ ਬਹੁਤ ਵਧੀਆ ਮੈਨੂੰ ਵਿੱਚ ਲੱਗੀ ਹੈ ਇਹ ਚੀਜ਼। ਹਾਂ, ਵਧੀਆ ਹੈ, ਧੋਖਾ ਨਹੀਂ ਦੇਣਾ ਚਾਹੀਦਾ, ਮਾੜੀ ਗੱਲ ਹੈ, ਪਰ ਜੋ ਉਹ ਕਰਦੀਆਂ ਕਿਸੇ ਨਾ ਕਿਸੇ ਉਹ ਵੀ ਠੀਕ ਹੈ, ਬਟ ਇੱਦਾਂ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ। ਅਤੇ ਹਰ ਇੱਕ ਨੂੰ, ਧੀਆਂ ਨੂੰ ਅਤੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਧੀਆਂ ਦੀ ਪ੍ਰੋਬਲਮ ਜਿਹੜੀ ਆ ਉਹ ਸਮਝਣੀ ਚਾਹੀਦੀ ਹੈ, ਅਤੇ ਧੀਆਂ ਨੂੰ ਮੁੰਡਿਆਂ ਦੀ ਪ੍ਰੋਬਲਮ ਸਮਝਣੀ ਚਾਹੀਦੀ ਹੈ। ਇਸ ਕਰਕੇ ਦੋਵੇਂ ਜਿਹੜੇ ਪਿੱਲਰ ਜ਼ਿੰਦਗੀ ਦੇ, ਦੋਵੇਂ ਜਿਹੜੇ ਆ ਚੱਲਣੇ ਚਾਹੀਦੇ ਆ। ਸੋ ਫਿਲਮ ਬਹੁਤ ਵਧੀਆ ਜੀ, ਮੈਨੂੰ ਬਹੁਤ ਵਧੀਆ ਲੱਗੀ ਆ। ਬਾਕੀ ਜਿਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ, ਉਹ ਨੇੜਲੇ ਸਿਨੇਮਾ ਘਰਾਂ 'ਚ ਜਾ ਕੇ ਫਿਲਮ ਨੂੰ ਇੰਜੋਏ ਕਰਿਓ। ਅਤੇ ਦੂਜੀ ਗੱਲ, ਫਿਲਮ ਨੂੰ ਬਹੁਤ ਵਧੀਆ ਰਿਵਿਊ ਮਿਲ ਰਿਹਾ, ਅਤੇ ਫਿਲਮ ਬਹੁਤ ਜਿਹੜੀ ਆ ਹਿੱਟ ਜਾ ਰਹੀ ਆ। 100 ਕਰੋੜ ਦਾ ਅੰਕੜਾ ਜਿਹੜਾ ਵਾ ਉਹ ਫਿਲਮ ਨੇ ਪੂਰਾ ਕਰਤਾ। ਬਾਕੀ ਤੁਹਾਨੂੰ ਮੂਵੀ ਬਲੌਗ ਕਿੱਦਾਂ ਦਾ ਲੱਗਾ, ਜੇ ਤੁਹਾਨੂੰ ਵਧੀਆ ਲੱਗਾ ਤਾਂ ਮੇਰਾ ਜੀ ਪੀਪਲ ਚੈਨਲ ਆ, ਇਹਨੂੰ ਸਬਸਕ੍ਰਾਈਬ ਕਰਿਓ, ਕਿਉਂਕਿ ਤੁਹਾਡੇ ਪਿਆਰ ਬਿਨਾਂ, ਤੁਹਾਡੇ ਸਤਿਕਾਰ ਬਿਨਾਂ ਅਸੀਂ ਅਧੂਰੇ ਹਾਂ। ਤੁਸੀਂ ਹੋਰ ਕਈ ਜਿਹੜੇ ਨੇ ਉਹਨਾਂ ਨੂੰ ਸਬਸਕ੍ਰਾਈਬ ਕਰ ਦੇ ਜੇ, ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ, ਤੁਹਾਡੀਆਂ ਵਿਸ਼ਿਸ਼ ਦੀ ਲੋੜ ਆ। ਸੋ ਮਿਲਦੇ ਹਾਂ ਫਿਰ ਨੈਕਸਟ ਬਲੌਗ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ। ਅਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ, ਜੇ ਵੀਡੀਓ ਪਸੰਦ ਆਈ ਹੈ ਤਾਂ ਸ਼ੇਅਰ ਵੀ ਕਰਿਓ। ਬਾਕੀ ਫਿਰ ਕਹਿ ਰਿਹਾ ਕਿ ਜੇ ਤੁਸੀਂ ਵੀਡੀਓ ਜਿਹੜੀ ਆ, ਜੇ ਤੁਹਾਨੂੰ ਫਿਲਮ ਜਿਹੜੀ ਅਜੇ ਤੱਕ ਨਹੀਂ ਦੇਖੀ, ਉਹ ਨੇੜਲੇ ਸਿਨੇਮਾ ਘਰਾਂ 'ਚ ਪਹੁੰਚ ਕੇ ਇਹ ਫਿਲਮ ਦਾ ਇੰਜੋਏ ਕਰਿਓ। ਅਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ।